ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 11 ਸਤੰਬਰ ਦਾ ਦਿਨ ਬੋਧਵਾਰ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਹੁਣ ਤੱਕ ਦੀਆਂ ਸਾਰੀਆਂ ਤਾਜ਼ਾ ਤੇ ਅਹਿਮ ਖਬਰਾਂ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਕੱਲ ਨੂੰ ਵੀ ਖਤਮ ਨਹੀਂ ਹੋਵੇਗੀ ਪਹਿਲੇ ਪੜਾਅ ਦੇ ਤਹਿਤ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਹੜੀ ਅੱਜ ਸਮਾਪਤ ਹੋਣੀ ਸੀ ਪਰ ਪੰਜਾਬ ਸਰਕਾਰ ਦੇ ਨਾਲ ਜਿਹੜੀ ਡਾਕਟਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਹੈ ਹਾਲਾਂਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਸੀ ਕਿ ਮੀਟਿੰਗ ਸਹੀ ਦਿਸ਼ਾ ਦੇ ਵਿੱਚ ਰਹੀ ਹੈ ਪਰ ਅਸੀਂ ਮੀਟਿੰਗ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਦੇ ਲਿਖਤੀ ਭਰੋਸੇ ਦੀ ਉਡੀਕ ਕਰ ਰਹੇ ਹਾਂ ਲਿਖਤੀ ਭਰੋਸਾ ਮਿਲੇਗਾ ਫਿਰ ਅਸੀਂ ਆਪਸ ਦੇ ਵਿੱਚ ਬੈਠਕ ਕਰਾਂਗੇ ਤੇ ਫਿਰ ਅੱਗੇ ਫੈਸਲਾ ਲਵਾਂਗੇ ਕਿ ਕੱਲ ਨੂੰ ਓਪੀਡੀ ਚਾਲੂ ਹੋਊਗੀ ਜਾਂ ਫਿਰ ਨਹੀਂ ਪਰ ਤਾਜ਼ਾ ਫੈਸਲਾ ਇਹ ਹੈ ਕਿ ਕੱਲ ਤੋਂ ਲੈ ਕੇ ਲਗਾਤਾਰ 4 ਦਿਨ OPD ਪੂਰੇ ਸਮੇਂ ਲਈ ਬੰਦ ਰਹੇਗੀ ਐਮਰਜੈਂਸੀ ਸੇਵਾਵਾਂ ਖੁੱਲੀਆਂ ਰਹਿਣਗੀਆਂ ਅਗਲਾ ਜਿਹੜਾ ਸੋਮਵਾਰ ਆਉਣਾ ਹੈ ਉਸ ਸੋਮਵਾਰ ਨੂੰ ਫਿਰ ਤੋਂ OPD ਖੋਲੇ ਜਾਣ ਦੀ ਸੰਭਾਵਨਾ ਹੈ ਯਾਨੀ ਕਿ 12 13 14 15 ਐਤਵਾਰ ਤੱਕ OPD ਮੁਕੰਮਲ ਬੰਦ ਸੋਮਵਾਰ 16 ਸਤੰਬਰ ਨੂੰ ਖੁੱਲ ਸਕਦੀ ਹੈ ਹੋ ਸਕਦਾ ਹੈ ਉਦੋਂ ਤੱਕ ਸਰਕਾਰ ਦੇ ਨਾਲ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਬਣ ਜਾਵੇ ਡਾਕਟਰਾਂ ਦੀਆਂ ਮੁੱਖ ਮੰਗਾਂ ਕੀ ਨੇ ਰੈਗੂਲਰ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਡਾਕਟਰਾਂ ਦੀ ਪ੍ਰਮੋਸ਼ਨ ਕੀਤੀ ਜਾਵੇ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦਾ ਵੀ ਅੱਜ ਦੂਸਰਾ ਦਿਨ ਰਿਹਾ ਪੰਜਾਬ ਸਰਕਾਰ ਵੱਲੋਂ ਮੰਗਾਂ ਦੀ ਪੂਰਤੀ ਪ੍ਰਤੀ ਸਹਿਰਦਤਾ ਨਾ ਵਿਖਾਉਣ ਦੇ ਰੋਸ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਚਲੇ ਗਏ ਹਨ ਇਹਨਾਂ ਤਿੰਨ ਦਿਨਾਂ ਦੌਰਾਨ ਬਿਜਲੀ ਮੁਲਾਜ਼ਮ ਬਿਜਲੀ ਮੰਤਰੀ ਸਣੇ ਸਮੁੱਚੀ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਸੂਬੇ ਭਰ ਦੇ ਵਿੱਚ ਥਾਂ-ਥਾਂ ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰ ਰਹੇ ਨੇ ਮੁਜ਼ਾਰੇ ਕਰਕੇ ਲੋਕਾਂ ਦੇ ਵਿੱਚ ਆਪਣੀ ਗੱਲ ਵੀ ਰੱਖ ਰਹੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਤੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੰਦ ਕਮੇਟੀ ਨੇ ਇੱਕ ਅਹਿਮ ਕਦਮ ਚੁੱਕਿਆ ਹੈ ਐਸਜੀਪੀਸੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਚੱਲਦੇ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਹੁਣ ਹਵਾਈ ਅੱਡੇ ਦੇ ਅੰਦਰ ਵੱਡੀਆਂ ਐਲਈਡੀ ਸਕਰੀਨਾਂ ਲਵਾ ਕੇ ਵੀ ਚਾਲੂ ਕਰ ਦਿੱਤਾ ਗਿਆ ਹੈ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਹੁਣ 에ਰਪੋਰਟ ਤੇ ਹਰਮੰਦਰ ਸਾਹਿਬ ਦੇ ਵਿੱਚ ਚੱਲ ਰਹੇ ਲਾਈਵ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਸਕਣਗੇ ਪੀਜੀਆਈ ਚੰਡੀਗੜ੍ਹ ਦਾ ਪੂਰ ਪੇਸ਼ੈਂਟ ਅਸਿਸਟੈਂਸ ਸੈਲ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਰਥਿਕ ਰੂਪ ਤੋਂ ਕਮਜ਼ੋਰ ਮਰੀਜ਼ਾਂ ਦੀ ਮਦਦ ਕਰਦਾ ਆ ਰਿਹਾ ਹੈ PGI ਨੇ 2018 ਦੇ ਵਿੱਚੋਂ ਆਨਲਾਈਨ ਡੋਨੇਸ਼ਨ ਸ਼ੁਰੂ ਕੀਤਾ ਸੀ ਯਾਨੀ ਕਿ ਆਨਲਾਈਨ ਦਾਨ ਲੈਣਾ ਸ਼ੁਰੂ ਕੀਤਾ ਸੀ ਸ਼ੁਰੂਆਤ ਦੇ ਵਿੱਚ ਦਾਨ ਲੱਖਾਂ ਦੇ ਵਿੱਚ ਆਉਂਦਾ ਸੀ ਪਰ 2023 ਤੋਂ 24 ਦੇ ਵਿੱਚ ਇਹ ਡੋਨੇਸ਼ਨ 2 ਕਰੋੜ 31 ਲੱਖ 49766 ਰੁਪਈਆ ਤੱਕ ਪਹੁੰਚ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ ਯਾਨੀ ਕਿ ਇੱਕ ਸਾਲ ਦੇ ਵਿੱਚ 2.5 ਕਰੋੜ ਦੇ ਲਗਭਗ ਦਾਨ ਮਿਲਿਆ ਹੈ ਸਾਰੇ ਰੁਪਏ ਆਨਲਾਈਨ ਡੋਨੇਸ਼ਨ ਰਾਹੀਂ ਹੀ PGI ਨੂੰ ਮਿਲੇ ਨੇ ਹਾਈ ਕੋਰਟ ਨੇ ਵੀ ਜੁਰਮਾਨਾ ਲੱਗਣ ਵਾਲੇ ਲੋਕਾਂ ਨੂੰ ਗਰੀਬ ਮਰੀਜ਼ ਫੰਡ ਦੇ ਵਿੱਚ ਜੁਰਮਾਨਾ ਕਰਨ ਦੇ ਹੁਕਮ ਦਿੱਤੇ ਹੋਏ ਨੇ ਜੋ ਮਰੀਜ਼ਾਂ ਦੇ ਇਲਾਜ ਤੇ ਖਰਚ ਜਾਂਦੇ ਨੇ ਪੂਰ ਪੇਸ਼ੈਂਟ ਸੈਲ ਹਰ ਸਾਲ ਗਰੀਬੀ ਰੇਖਾ ਤੋਂ ਹੇਠਾਂ 10000 ਮਰੀਜ਼ਾਂ ਦਾ ਖਰਚਾ ਹੀ ਨਹੀਂ ਚੁਕਦਾ ਬਲਕਿ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ 'ਚ ਵੀ ਮਦਦ ਕਰਦਾ ਹੈ ਪੰਜਾਬ ਦੇ ਵਿੱਚ ਹੁਣ ਐਚ ਆਈ ਵੀ ਤੋਂ ਪੀੜਿਤ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਦੇ ਤੌਰ ਤੇ 1500 ਰੁਪਏ ਮਹੀਨਾ ਪੈਨਸ਼ਨ ਮਿਲੇਗੀ ਸਿਹਤ ਵਿਭਾਗ ਦੇ ਵੱਲੋਂ ਇਹ ਪ੍ਰਪੋਜ਼ਲ ਰੱਖਿਆ ਗਿਆ ਸੀ 450 ਬੱਚੇ ਅਜਿਹੇ ਨੇ ਜਿਨ੍ਹਾਂ ਦੇ ਮਾਪੇ ਦੀ ਮੌਤ ਐਚ ਆਈ ਵੀ ਕਰਕੇ ਹੋ ਚੁੱਕੀ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਪੈਨਸ਼ਨ ਮਿਲ ਰਹੀ ਹੈ ਪਰ ਪ੍ਰਭਾਵਿਤ ਬੱਚਿਆਂ ਦੀ ਗਿਣਤੀ ਸੱਤ ਹਜ਼ਾਰ ਤੋਂ ਵੀ ਵੱਧ ਹੈ ਗਰੀਬੀ ਰੇਖਾ ਅਧੀਨ ਆਉਂਦੇ 4000 ਬੱਚਿਆਂ ਤੇ 15000 ਮਰੀਜ਼ਾਂ ਨੂੰ ਇਹ ਸਹੂਲਤਾਂ ਲਾਭ ਮਿਲੇਗਾ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਐਂਟੀ ਰੈਟਰੋਵਾਇਰਲ ਥੈਰੇਪੀ ਸੈਂਟਰ ਤੱਕ ਇੱਕ ਮਹੀਨਾ ਮੁਫਤ ਆਉਣ ਜਾਣ ਦੀ ਸਹੂਲਤ ਵੀ ਮਿਲੇਗੀ। ਸਿਹਤ ਵਿਭਾਗ ਨੇ ਇਸ ਸੂਬੇ ਦੇ ਵਿੱਚ ਚਾਚਾ ਵੀ ਐਚ ਆਈ ਵੀ ਤੋਂ ਪੀੜਤ 59480 ਮਰੀਜ਼ਾਂ ਦੀ ਪਛਾਣ ਕੀਤੀ ਹੈ। ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਲੁਧਿਆਣਾ ਵਿੱਚ ਹੈ 7090, ਅੰਮ੍ਰਿਤਸਰ ਦੇ ਵਿੱਚ 6542, ਬਠਿੰਡੇ 6441 ਤੇ ਪਟਿਆਲਾ ਦੇ ਵਿੱਚ 5991 ਮਰੀਜ਼ ਨੇ ਤੇ 450 ਬੱਚੇ ਉਹ ਨੇ ਜਿਨ੍ਹਾਂ ਦੇ ਮਾਪੇ ਦੋਵੇਂ ਗੁਜ਼ਰ ਚੁੱਕੇ ਨੇ, ਕਮਾਈ ਦਾ ਕੋਈ ਸਾਧਨ ਨਹੀਂ ਹੈ, ਉਹਨਾਂ ਨੂੰ ਵੀ 1500 ਰੁਪਏ ਮਹੀਨਾ ਦਿੱਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ 21 ਅਗਸਤ ਨੂੰ ਸਟੇਟ ਕਾਨਫਰੰਸ ਦੀ ਮੀਟਿੰਗ ਦੇ ਵਿੱਚ ਪ੍ਰਸਤਾਵ ਰੱਖਿਆ ਸੀ ਤੇ ਹੁਣ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕੈਬਨਟ ਦੀ ਮੂਰ ਲੱਗਦਿਆਂ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ ਆਮ ਆਦਮੀ ਕਲੀਨਿਕਾਂ ਦੇ ਵਿੱਚ ਓਪੀਡੀ ਰਾਹੀਂ ਮਹਿਜ਼ 2 ਸਾਲਾਂ ਦੇ ਵਿੱਚ 2 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋ ਚੁੱਕਿਆ ਹੈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਾਵਾ ਕੀਤਾ ਹੈ ਕਿ 15 ਅਗਸਤ 2022 ਤੋਂ ਹੁਣ ਤੱਕ ਸੂਬੇ ਵਿੱਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ ਰਾਹੀਂ ਮੁਫਤ ਇਲਾਜ ਪ੍ਰਾਪਤ ਕੀਤਾ ਹੈ ਸੂਬੇ ਦੇ ਵਿੱਚ ਕੁੱਲ 842 ਆਮ ਆਦਮੀ ਕਲੀਨਿਕਾਂ ਦੇ ਵਿੱਚੋਂ 312 ਸ਼ਹਿਰੀ ਤੇ 530 ਪਿੰਡੂ ਖੇਤਰਾਂ ਦੇ ਵਿੱਚ ਚੱਲ ਰਹੇ ਨੇ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਾਨਕਿ ਪਜੀਐਮਆਰ ਦੇ 6 ਅਕਤੂਬਰ ਨੂੰ ਹੋਣ ਵਾਲੇ ਕਨਵੋਕੇਸ਼ਨ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਨੂੰ ਇਤਿਹਾਸਿਕ ਬਦਲਾ ਕਿਹਾ ਜਾ ਰਿਹਾ ਹੈ ਪਹਿਲੀ ਵਾਰੀ ਡਿਗਰੀ ਲੈਣ ਵਾਲੇ ਪੁਰਸ਼ ਡਾਕਟਰ ਉਪਨਵੇਸ਼ਕ ਲਬਾਦੇ ਤੇ ਟੋਪੀ ਦੇ ਵਿੱਚ ਨਹੀਂ ਬਲਕਿ ਸਫੈਦ ਕੁੜਤੇ ਪਜਾਮੇ ਦੇ ਵਿੱਚ ਡਿਗਰੀਆਂ ਲੈਣ ਲਈ ਆਉਣਗੇ ਤੇ ਮਹਿਲਾ ਡਾਕਟਰਾਂ ਸਾੜੀ ਵਿੱਚ ਆਉਣਗੀਆਂ 1500 ਤੋਂ ਵੱਧ ਮੈਡੀਕਲ ਵਿਦਿਆਰਥੀਆਂ ਨੂੰ ਡਿਗਰੀ ਦਿੱਤੀ ਜਾਊਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮਾਨਤਾ ਪ੍ਰਾਪਤ ਤੇ ਸਬੰਧਿਤ ਸਕੂਲਾਂ ਨੂੰ ਵੱਡੀ ਰਾਹਤ ਦਿੱਤੀ ਦੀ ਅਦਾਲਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਸ ਫੈਸਲੇ ਤੇ ਰੋਕ ਲਾ ਦਿੱਤੀ ਹੈ ਜਿਸ ਵਿੱਚ ਰੈਕੋਗਨਾਈਜ਼ਡ ਅਤੇ ਅਫੀਲੀਏਟਡ ਸਕੂਲਾਂ ਤੇ ਨਵੀਂ ਮਾਨਤਾ ਲੈਣ ਮਾਨਤਾ ਨਵਾਂ ਤੇ ਵਾਧੂ ਸੈਕਸ਼ਨ ਲੈਣ ਦੇ ਲਈ ਫੀਸ ਤੇ 18% ਦੀ ਜੀਐਸਟੀ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬੋਰਡ ਦੇ ਫੈਸਲੇ ਨੂੰ ਰਸਾ ਯੂਕੇ ਨੇ ਹਾਈ ਕੋਰਟ ਵਿੱਚ ਚੈਲੰਜ ਕੀਤਾ ਸੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੁਰ ਤੋਂ ਫ੍ਰੀ ਹੋਣ ਵਾਲਾ ਹੈ ਕਿਸਾਨਾਂ ਤੋਂ ਬਾਅਦ ਹੁਣ ਲੁਧਿਆਣਾ ਦੇ ਲੱਡਵਾਲ ਟੋਲ ਮੁਲਾਜ਼ਮਾਂ ਨੇ ਐਨਐਚਆਈ ਦੇ ਖਿਲਾਫ ਮੋਰਚਾ ਖੋਲ੍ਹਿਆ ਟੋਲ ਪਲਾਜ਼ਾ 17 ਸਤੰਬਰ ਤੋਂ ਮੁੜ ਪਰਚੀ ਮੁਕਤ ਹੋ ਲਗਦਾ ਹੈ ਪਰ ਐਤਕੀ ਕਿਸਾਨ ਨਹੀਂ ਟੋਲ ਦੇ ਮੁਲਾਜ਼ਮ ਖੁਦ ਇਹ ਟੋਲ ਬੰਦ ਕਰ ਸਕਦੇ ਨੇ ਟੋਲ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਵਿੱਚ ਇਲਜ਼ਾਮ ਲਾਇਆ ਗਿਆ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਤਨਖਾਹ ਸਿਰਫ 10000 ਰੁਪਏ ਮਹੀਨਾ ਹੈ ਕਾਨੂੰਨ ਕਾਨੂੰਨ ਨੇ 22000 ਰੁਪਏ ਦੇ ਕਰੀਬ ਬਣਦੀ ਹੈ ਪਰ 10000 ਦਿੱਤਾ ਜਾ ਰਿਹਾ ਹੈ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਨੂੰ ਨਾ ਤਾਂ ਕੋਈ ਟੋਲ ਪੱਤਾ ਦਿੱਤਾ ਜਾਂਦਾ ਹੈ ਨਾ ਹੀ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਨਾ ਹੀ ਪੀਐਫ ਕੱਟਿਆ ਜਾਂਦਾ ਲਾਡੋਵਾਲ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਨੇ ਠੇਕੇਦਾਰੀ ਸਿਸਟਮ ਖਿਲਾਫ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਚਿਤਾਵਨੀ ਦਿੱਤੀ ਕਿ ਜੇ 16 ਸਤੰਬਰ ਤੱਕ ਟੋਲ ਮੁਲਾਜ਼ਮਾਨੀਆ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ 17 ਸਤੰਬਰ ਨੂੰ ਖੁਦ ਟੋਲ ਮੁਲਾਜ਼ਮ ਟੋਲ ਪਲਾਜ਼ੇ ਨੂੰ ਜਾਮ ਕਰਨਗੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਕੇਂਦਰ ਸਰਕਾਰ ਮਹਿੰਗਾਈ ਭੱਤੇ ਵਿੱਚ ਵਾਅਦੇ ਦਾ ਛੇਤੀ ਐਲਾਨ ਕਰਨ ਵਾਲੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਅਗਲੇ 1-2 ਹਫ਼ਤਿਆਂ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਹੋਣ ਜਾ ਰਹੀ ਮੀਟਿੰਗ ਦੇ ਵਿੱਚ ਡੀਏ ਵਾਅਦੇ ਦਾ ਐਲਾਨ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਸਾਲ ਦੇ ਵਿੱਚ ਦੋ ਵਾਰੀ ਜਨਵਰੀ ਤੇ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਵਾਅਦਾ ਕਰਦੀ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਸ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ ਅਲਬਾਨੀਸ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਇਸ ਸਾਲ ਸੋਸ਼ਲ ਮੀਡੀਆ ਤੇ ਹੋਰ ਸਬੰਧਿਤ ਡਿਜੀਟਲ ਪਲੇਟਫਾਰਮਾਂ ਤੱਕ ਪਹੁੰਚ ਲਈ ਘੱਟੋ-ਘੱਟ ਉਮਰ ਹੱਦ ਲਾਗੂ ਕਰਨ ਦੇ ਲਈ ਕਾਨੂੰਨ ਪੇਸ਼ ਕਰੇਗੀ ਕਹਿੰਦੇ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਪਹੁੰਚਾ ਰਿਹਾ ਹੈ ਇਹ ਬੱਚਿਆਂ ਨੂੰ ਅਸਲ ਦੋਸਤਾਂ ਤੇ ਅਸਲ ਤਜਰਬਿਆਂ ਤੋਂ ਦੂਰ ਲਿਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ਦੇ ਨਾਲ ਸਲਾਹ ਕਰਕੇ ਕਾਨੂੰਨ ਦੀ ਜਾਣਕਾਰੀ ਦਿੱਤੀ ਜਾਊਗੀ ਪਰ ਉਨ੍ਹਾਂ ਦੀ ਤਰਜੀਹ ਘੱਟੋ-ਘੱਟ ਉਮਰ 16 ਸਾਲ ਕਰਨਾ ਹੈ ਜੇ ਕਿਸੇ ਬੱਚੇ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਹੈ ਤਾਂ 16 ਸਾਲ ਉਮਰ ਹੋਣੀ ਚਾਹੀਦੀ ਹੈ ਉਸ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਵਰਤ ਸਕਣਗੇ ਇਹ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਆਸਟ੍ਰੇਲੀਆ ਦੀ ਸਰਕਾਰ ਏਸ਼ੀਅਨ ਚੈਂਪियंस ਟਰੋਫੀ ਦੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਭਾਰਤੀ ਟੀਮ ਨੇ ਆਪਣੇ ਤੀਜੇ ਰਾਉਂਡ ਰੋਬਿਨ ਮੈਚ ਦੇ ਵਿੱਚ ਮਲੇਸ਼ੀਆ ਨੂੰ 8-1 ਨਾਲ ਹਰਾਇਆ ਭਾਰਤ ਲਈ ਰਾਜਕੁਮਾਰ ਪਾਲ ਨੇ 3 ਕਪਤਾਨ ਹਰਮਨਪ੍ਰੀਤ ਸਿੰਘ ਨੇ 1 ਜੁਗਰਾੰਦ ਸਿੰਘ ਨੇ 1 ਉੱਤਮ ਸਿੰਘ ਨੇ 1 ਤੇ ਅਰਜੀਤ ਸਿੰਘ ਹੁੰਦਲ ਨੇ 2 ਗੋਲ ਕੀਤੇ ਭਾਰਤ ਨੇ ਪਹਿਲੇ ਕੁਆਟਰ ਤੋਂ ਮਲੇਸ਼ੀਆ ਪਹਿਲੇ ਕੁਆਟਰ ਤੋਂ ਹੀ ਮਲੇਸ਼ੀਆ ਦੀ ਟੀਮ ਤੇ ਦਬਦਬਾ ਬਣਾ ਰੱਖਿਆ ਸੀ ਹਾਫ ਟਾਈਮ ਤੱਕ ਪੰਜ ਗੋਲ ਕਰ ਦਿੱਤੇ ਉਸ ਤੋਂ ਬਾਅਦ ਟੀਮ ਇੰਡੀਆ ਨੇ ਦੂਸਰੇ ਹਾਫ ਦੇ ਵਿੱਚ ਵੀ ਤਿੰਨ ਹੋਰ ਗੋਲ ਆਪਣੇ ਖਾਤੇ ਵਿੱਚ ਪਾਏ ਚੀਨ ਦੇ ਮੌਕੀ ਵਿੱਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਭਾਰਤ ਦੀ ਲਗਾਤਾਰ ਤੀਸਰੀ ਸ਼ਾਨਦਾਰ ਜਿੱਤ ਹੈ IPL 2025 ਦੇ ਸੀਜ਼ਨ ਸ਼ੁਰੂ ਹੋਣ ਦੇ ਵਿੱਚ ਹਾਲੇ 6 ਮਹੀਨੇ ਬਾਕੀ ਨੇ ਪਰ IPL 2025 ਦੀ ਨਲਾਮੀ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀ ਹੈ ਖਬਰਾਂ ਮੁਤਾਬਕ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਗਲੇ ਸੀਜ਼ਨ ਵਿੱਚ ਪੰਜਾਬ ਕਿੰਗਸ ਦੀ ਕਪਤਾਨੀ ਕਰਦੇ ਨਜ਼ਰ ਆ ਸਕਦੇ ਨੇ ਪਿਛਲੇ ਸੀਜ਼ਨ ਦੇ ਵਿੱਚ ਮੁੰਬਈ ਨੇ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਇਆ ਸੀ ਜਿਸ ਤੋਂ ਰੋਹਿਤ ਦੀ ਨਾਰਾਜ਼ਗੀ ਦੀ ਖਬਰ ਵੀ ਆਈ ਸੀ ਰੋਹਿਤ ਦੀ ਕਪਤਾਨੀ ਵਿੱਚ ਮੁੰਬਈ ਨੇ 5 ਵਾਰੀ IPL ਚੈਂਪੀਅਨਸ਼ਿਪ ਜਿੱਤੀ ਜਦਕਿ ਪੰਜਾਬ ਕਿੰਗਸ ਹਾਲੇ ਤੱਕ ਫਾਈਨਲ ਦੇ ਵਿੱਚ ਵੀ ਨਹੀਂ ਪਹੁੰਚ ਸਕਿਆ ਪੰਜਾਬ ਸਰਕਾਰ ਨੇ ਆਈਪੀਐਸ ਅਫੀਸਰ ਡਾਕਟਰ ਨਾਨਕ ਸਿੰਘ ਨੂੰ ਤਰੱਕੀ ਦੇ ਕੇ ਡੀਆਈਜੀ ਬਣਾ ਦਿੱਤਾ ਹੈ ਹਾਲ ਦੀ ਘੜੀ ਉਹ ਐਸਐਸਪੀ ਪਟਿਆਲਾ ਲੱਗੇ ਰਹਣਗੇ ਇਸ ਤੋਂ ਪਹਿਲਾਂ ਉਹ ਮਾਨਸਾ ਅਤੇ ਗੁਰਦਾਸਪੁਰ ਦੇ ਐਸਐਸਪੀ ਵੀ ਰਹਿ ਚੁੱਕੇ ਹਨ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਵੱਲੋਂ 14 ایਆਰਐਸ ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਹ ਮੋਟਰਸਾਈਕਲ ਖਾਸ ਤੌਰ ਤੇ ਪੁਲਿਸ ਵੱਲ ਦੀ ਐਮਰਜੈਂਸੀ ਰਿਸਪਾਂਸ ਸਿਸਟਮ ਸਮਰੱਥਾ ਨੂੰ ਵਧਾਉਣ ਦੇ ਲਈ ਤਿਆਰ ਕੀਤੇ ਗਏ ਨੇ ਖਾਸ ਤੌਰ ਤੇ ਸੰਗਣੀ ਆਵਾਜਾਈ ਵਾਲੇ ਇਲਾਕਿਆਂ ਦੇ ਵਿੱਚ ਜਾਂ ਤੰਗ ਸੜਕਾਂ ਵਾਲੇ ਖੇਤਰਾਂ ਦੇ ਵਿੱਚ ਜਿੱਥੇ ਵੱਡੇ ਨਾਨਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਇਹ ਮੋਟਰਸਾਈਕਲ ਚਲਾਏ ਜਾਣਗੇ ਇਹ ਮੋਟਰਸਾਈਕਲ ਸ਼ਹਿਰ ਦੇ ਸਾਰੇ 14 ਥਾਣਿਆਂ ਦੀ ਪੁਲਿਸ ਨੂੰ ਅਲਾਟ ਕੀਤੇ ਗਏ ਨੇ ਹਰੇਕ ਥਾਣੇ ਨੂੰ ਇੱਕ ਇੱਕ ਈਆਰਐਸ ਮੋਟਰਸਾਈਕਲ ਦਿੱਤਾ ਗਿਆ ਹੈ ਮੁਹਾਲੀ ਦੇ ਵਿੱਚ 100 ਕਰੋੜ ਦੇ ਸਾਈਬਰ ਘੁਟਾਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਨੇ ਵੱਡਾ ਐਕਸ਼ਨ ਲਿਆ ਹੈ 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਦੇ ਖਿਲਾਫ ਹੁਣ ਪੁਲਿਸ ਦੀ ਤਿੰਨ ਮੈਂਬਰੀ ਸੈੱਟ ਜਾਂਚ ਕਰੇਗੀ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਵੀ ਨੀ ਜਾ ਆਈਜੀਪੀ ਤਾਨਪ੍ਰੀਤ ਕੌਰ ਤੇ ਐਸਐਸਪੀ ਮੋਹਾਲੀ ਦੀਪਕ ਪਾਰਕ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਇਸ ਦੇ ਨਾਲ ਹੀ ਇਸ ਤੱਥ ਦੀ ਵੀ ਜਾਂਚ ਹੋਊਗੀ ਕਿ ਇੰਸਪੈਕਟਰ ਰਮਨ ਜੋਤ ਕੌਰ ਵੱਲੋਂ ਲਾਏ ਇਲਜ਼ਾਮ ਕਿੰਨੇ ਸੱਚੇ ਨੇ ਮంత్రి ਦੀ ਪਤਨੀ ਜੋਤੀ ਯਾਦਵ ਤੇ ਭੂ ਮਾਫੀਆ ਦਾ ਸਮਰਥਨ ਕਰਨ ਦੇ ਵੀ ਇਲਜ਼ਾਮ ਲੱਗੇ ਨੇ ਉਧਰ ਕੈਬਨਿਟ ਮੰਤਰੀ ਹਰਜੋਤ ਬੈਂਸ ਇਸ ਮਾਮਲੇ ਦੇ ਵਿੱਚ ਆਪਣੀ ਪਤਨੀ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ ਉਹਨਾਂ ਨੇ ਇਨਸਪੈਕਟਰ ਅਮਨਜੋਤ ਕੌਰ ਨੂੰ ਪ੍ਰਿਸ਼ਟ ਮੁਲਾਜ਼ਮ ਦੱਸਦਿਆਂ ਮਾਣ ਹਾਨੀ ਦਾ ਦਾਵਾ ਕਰਨ ਦਾ ਵੀ ਚੈਲੰਜ ਦਿੱਤਾ ਸੀ ਚੇਤਾਵਨੀ ਕੀਤੀ ਸੀ ਅਤੇ ਕਿਹਾ ਸੀ ਕਿ ਸਾਡੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਅਸੀਂ ਤਿਆਰ ਹਾਂ ਉਦਰੇ ਇਸ ਮਾਮਲੇ ਨੂੰ ਸਿਆਸੀ ਪੱਧਰ ਤੇ ਨਸ਼ਰ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਡੀਜੀਪੀ ਵੱਲੋਂ ਬਿਠਾਈ ਇਸ ਸੈੱਟ ਜਾਂਚ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਮੰਗ ਵੀ ਕੀਤੀ ਹੈ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਨੈਤਿਕਤਾ ਦੇ ਤੌਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਨਹੀਂ ਤਾਂ ਸੱਤਾ ਵਿੱਚ ਰਹਿੰਦੇ ਆ ਜਾਂਚ ਦੇ ਨਤੀਜੇ ਪ੍ਰਭਾਵਿਤ ਹੋ ਸਕਦੇ ਨੇ ਨਾਲ ਹੀ ਖੈਰਾ ਨੇ ਮੰਗ ਕੀਤੀ ਹੈ ਕਿ ਆਈਪੀਐਸ ਜੋਤੀ যাদব ਦਾ ਕਿਸੇ ਹੋਰ ਮੈਕਮੇ ਦੇ ਵਿੱਚ ਤਬਾਦਲਾ ਕੀਤਾ ਜਾਣਾ ਚਾਹੀਦਾ ਹੈ ਦਰਅਸਲ ਪਿਛਲੇ ਹਫਤੇ ਹੀ ਮੋਹਾਲੀ ਦੇ ਸਾਈਬਰ ਸੈੱਲ ਦੇ ਵਿੱਚ ਤਾਨਾਤ ਇਨਸਪੈਕਟਰ ਅਮਨਜੋਤ ਕੌਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਉਸਨੇ 9 ਜਨਵਰੀ 2024 ਨੂੰ ਮੋਹਾਲੀ ਦੇ ਸੈਕਟਰ 108 ਦੇ ਇੱਕ ਘਰ ਤੋਂ ਕਥਿਤ ਤੌਰ ਤੇ ਚਲਾਏ ਜਾ ਰਹੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਜੋ 100 ਕਰੋੜ ਤੋਂ ਵੱਧ ਵਿਦੇਸ਼ੀ ਠੱਗੀ ਦੇ ਮਾਮਲੇ ਵਿੱਚ ਸ਼ਾਮਲ ਸੀ ਕਥਿਤ ਕਾਲ ਸੈਂਟਰ ਦੇ ਮਾਲਕਾਂ ਵਰਿੰਦਰ ਰਾਜਕਪੂਰੀਆ ਸੰਕੇਤ ਸੋਨੂ ਰਜਿਤ ਕਪੂਰ ਅਤੇ ਨਿਖਲ ਕਪੂਰ ਵਿਰੁੱਧ ਸੂਚਨਾ ਟੈਕਨੋਲੋਜੀ ਐਕਟ ਤੇ ਭਾਰਤੀ ਦੰਡਾਵਲੀ ਆਈਪੀਸੀ ਦੀਆਂ ਧਰਾਵਾਂ ਤ ਯਾਰ ਵੀ ਦਰਜ ਕੀਤੀ ਗਈ ਸੀ ਪਰ ਕਹਿੰਦੇ ਸਾਈਬਰ ਸੈੱਲ ਦੇ ਮਾਲਕ ਦਾ ਮੰਤਰੀ ਹਰਜੋਤ ਬੈਂਸ ਨਾਲ ਕਾਫੀ ਨੇੜਲਾ ਸੰਬੰਧ ਸੀ ਤੇ ਉਸਨੇ ਆਪਣੀ ਆਈਪੀਐਸ ਪਤਨੀ ਜੋਤੀ যাদব ਦੇ ਜ਼ਰੀਏ ਉਹਨਾਂ ਨੂੰ ਮਾਮਲੇ ਤੋਂ ਪਿੱਛੇ ਹਟਣ ਲਈ ਕਿਹਾ ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸਦੇ ਖਿਲਾਫ ਭ੍ਰਿਸ਼ਟਾਚਾਰ ਦਾ ਝੂਠਾ ਇਲਜ਼ਾਮ ਲਾਇਆ ਗਿਆ ਇਨਸਪੈਕਟਰ ਰਮਨਜੋਤ ਕਰਨੇ ਡੀਜੀਪੀ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਚਿੱਠੀ 6 ਮਹੀਨੇ ਪਹਿਲਾਂ ਲਿਖੀ ਸੀ ਪਰ ਉਸਤੇ ਕੋਈ ਕਾਰਵਾਈ ਨਹੀਂ ਹੋਈ ਸੀ ਮੀਡੀਆ ਚਾਉਣ ਤੋਂ ਬਾਅਦ ਹੁਣ ਡੀਜੀਪੀ ਨੇ ਜਾਂਚ ਦੇ ਹੁਕਮ ਦਿੱਤੇ ਨੇ ਤੇ ਡੀਜੀਪੀ ਦੇ ਵੱਲੋਂ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਦਾ ਕੋਈ ਬਿਆਨ ਖਬਰਾਂ ਪੱੜੇ ਜਾਣ ਤੱਕ ਨਹੀਂ ਆਇਆ ਸੀ ਪੰਜਾਬ ਪੁਲਿਸ ਨੂੰ ਹੁਣ ਆਪਣੇ ਵਿਭਾਗ ਦੇ ਵਿੱਚ ਕਾਲੀਆਂ ਭੇਡਾਂ ਦੀ ਵੀ ਪਛਾਣ ਕਰਨੀ ਪਊਗੀ। ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਵਿਭਾਗ ਨੂੰ ਲੈ ਕੇ ਸਖਤੀ ਕੀਤੀ ਜਾ ਰਹੀ ਹੈ। ਗ੍ਰਹਿ ਵਿਭਾਗ ਵੱਲੋਂ ਪਿਛੜਿਤ ਧਾਰਕੀਆਂ ਤੇ ਕਾਰਵਾਈ ਕੀਤੀ ਜਾਊਗੀ। ਗ੍ਰਹਿ ਵਿਭਾਗ ਵੱਲੋਂ ਇਸ ਸੂਚੀ ਨੂੰ ਸਪੀਕਰ ਗੁਲਤਾਰ ਸਿੰਘ ਸੰਧਵਾ ਨੂੰ ਸੌਂਪਿਆ ਜਾਵੇਗਾ। ਦਰਅਸਲ ਪੰਜਾਬ ਵਿਧਾਨ ਸਭਾ ਦੇ ਲੰਗੇ ਮੌਨਸੂਨ ਸੈਸ਼ਨ ਦੇ ਵਿੱਚ ਸਪੀਕਰ ਸੰਧਵਾ ਨੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖ ਕੇ ਪੰਜਾਬ ਪੁਲਿਸ ਤੇ ਹੋਰ ਨਾ ਵਿਭਾਗਾਂ ਵਿਚ ਲੀਆਂ ਕਾਲੀਆਂ ਭੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ। ਗ੍ਰਹਿ ਵਿਭਾਗ ਨੇ ਸਪੀਕਰ ਤੋਂ ਇਸ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 1 ਤੇ ਵਿਭਾਗ ਨੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਕੰਟਰੋਲਰ ਤੇ ਆਡੀਟਰ ਜਨਰਲ ਯਾਨੀ ਕਿ ਕੈਗ ਨੇ 2016-17 ਦੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਨਸ਼ਾ ਤਸਕਰੀ ਦੇ ਕੇਸਾਂ ਵਿੱਚੋਂ 756 ਮੁਲਜ਼ਮ ਬਰੀ ਹੋਏ ਸਨ ਜਿਨ੍ਹਾਂ ਵਿੱਚੋਂ 532 ਪੁਲਿਸ ਮੁਲਾਜ਼ਮਾਂ ਦੀ ਨੁਕਸਦਾਰ ਗਵਾਹੀ ਕਰਕੇ ਇਹ ਮੁਲਜ਼ਮ ਬਰੀ ਹੋ ਗਏ ਸਨ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਸਪੀਕਰ ਸੰਧਵਾ ਨੇ ਆਪਣੇ ਹਲਕੇ ਦੇ ਏਐਸਆਈ ਬੋਰਡ ਸਿੰਘ ਦੇ ਹਵਾਲੇ ਨਾਲ ਪੁਲਿਸ ਵਿੱਚ ਕਾਲੀਆਂ ਭੇਡਾਂ ਹੋਣ ਦੀ ਗੱਲ ਸਦਨ ਵਿੱਚ ਰੱਖਦਿਆਂ ਇਸ ਮਾਮਲੇ ਵਿੱਚ ਬੋਰਡ ਸਿੰਘ ਦੇ ਮਾਮਲੇ ਵਿੱਚ ਡੀਜੀਪੀ ਤੋਂ ਰਿਪੋਰਟ ਵੀ ਮੰਗੀ ਸੀ ਹਾਲਾਂਕਿ ਵਿਰੋਧੀਆਂ ਨੇ ਇਸ ਮਸਲੇ ਦੇ ਵਿੱਚ ਜਦੋਂ ਹੋਰ ਖੁਲਾਸੇ ਹੋਏ ਸਨ ਤਾਂ ਉਸ ਤੇ ਸਰਕਾਰ ਨੂੰ ਘੇਰਿਆ ਵੀ ਸੀ ਖਾਸ ਤੌਰ ਤੇ ਸਪੀਕਰ ਸੰਧਵਾ ਨੂੰ ਘੇਰਿਆ ਸੀ ਉਸ ਤੋਂ ਬਾਅਦ ਇਹ ਮਾਮਲਾ ਇੱਕ ਤਰੀਕੇ ਨਾਲ ਠੰਡੇ ਵਸਤੇ ਦੇ ਵਿੱਚ ਪੈ ਗਿਆ ਸੀ ਪਰ ਸਪੀਕਰ ਸੰਧਵਾ ਚਿੱਠੀ ਲਿਖ ਚੁੱਕੇ ਸਨ ਤੇ ਹੁਣ ਪੰਜਾਬ ਸਰਕਾਰ ਪ੍ਰਸ਼ਾਸਕੀਆਂ ਨੂੰ ਲੈ ਕੇ ਸਖਤ ਹੋ ਚੁੱਕੀ ਹੈ ਕਾਰਵਾਈ ਕਰਨ ਦੇ ਪੂਰੇ ਪੂਰੇ ਰਾਉਂਡ ਦੇ ਵਿੱਚ ਹੈ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਕੌਂਸਲਾਂ ਦੀਆਂ ਚੋਣਾਂ ਵਿੱਚ ਦੇਰੀ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਹੀアリング ਚੱਲ ਰਹੀ ਹੈ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਫਟਕਾਰ ਲਾਉਂਦਿਆਂ ਪੁੱਛਿਆ ਕਿ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਤੇ ਪਾ ਦਿੱਤੀ ਹੈ ਨਾਲ ਹੀ ਅਦਾਲਤ ਨੇ ਸਰਕਾਰ ਵੱਲੋਂ ਪੇਸ਼ ਹੋਏ ਪ੍ਰਮੁੱਖ ਸਿਕੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਅਗਲੇ ਅਤੇ ਇਸ ਮਾਮਲੇ 'ਚ ਜਵਾਬ दाखल ਕਰਨ ਲਈ ਕਿਹਾ ਗਿਆ ਹੈ। दाखल ਕੀਤੀ ਗਈ ਇੱਕ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੀਆਂ 42 ਨਗਰ ਕੌਂਸਲਾਂ ਦਾ ਕਾਰਜਕਾਲ ਖਤਮ ਹੋਏ ਨੂੰ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਪਰ ਸਰਕਾਰ ਵੱਲੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਇਸ ਕਾਰਨ ਹਰ ਖੇਤਰ ਵਿੱਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ। ਇਸ ਸਿਪਟੀਸ਼ਨ ਤੇ ਸੁਣਵਾਈ ਕਰਦਿਆਂ ਸਰਕਾਰ ਨੂੰ ਝਾੜ ਪਈ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਭਾਰਤ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਤੇ ਉਹਨਾਂ ਦਾ ਇਹ ਅੰਦਾਜ਼ ਦੇਸ਼ ਭਗਤਾਂ ਨੂੰ ਬੜਾ ਪਸੰਦ ਆ ਰਿਹਾ ਹੈ। ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦੌਰਾਨ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਵੀ ਰਾਹੁਲ ਗਾਂਧੀ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ ਮੰਗਲਵਾਰ ਨੂੰ ਰਾਹੁਲ ਗਾਂਧੀ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਮਰੀਕੀ ਕਾਂਗਰਸ ਦੇ ਇੱਕ ਵਫ਼ਰਦਾਨ ਮੀਟਿੰਗ ਹੋਈ ਸੀ ਜਿਸ ਵਿੱਚ ਭਾਰਤ ਵਿਰੋਧੀ ਬਿਆਨ ਦੇਣ ਵਾਲੀ ਇਲਹਾਨ ਉਮਰ ਵੀ ਮੌਜੂਦ ਸੀ ਭਾਜਪਾ ਨੇ ਇਲਹਾਨ ਦੇ ਨਾਲ ਰਾਹੁਲ ਦੀ ਮੁਲਾਕਾਤ ਨੂੰ ਲੈ ਕੇ ਸਖਤ ਨਿੰਦਿਆ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਰੋਧੀ ਗੱਲਾਂ ਕਰਨਾ ਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜੇ ਹੋਣਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਜੇਕੇਐਨਸੀ ਦੇ ਦੇਸ਼ ਵਿਰੋਧੀ ਤੇ ਰਾਖਵਾਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਫਿਰ ਵਿਦੇਸ਼ੀ ਸਟੇਜਾਂ ਉੱਤੇ ਭਾਰਤ ਵਿਰੋਧੀ ਗੱਲਾਂ ਕਰਨੀਆਂ ਹੋਣ ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਤੇ ਭਾਵਨਾ ਨੂੰ ਹਮੇਸ਼ਾ ਸੱਟ ਮਾਰੀ ਹੈ ਅਮਿਤ ਸ਼ਾਹ ਨੇ ਅੱਗੇ ਲਿਖਿਆ ਕਿ ਭਾਸ਼ਾ ਤੋਂ ਭਾਸ਼ਾ ਖੇਤਰ ਤੋਂ ਖੇਤਰ ਤੇ ਧਰਮ ਤੋਂ ਧਰਮ ਦੇ ਵਿਤਕਰੇ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ਵੰਡਵਾਦੀ ਸੋਚ ਨੂੰ ਦਰਸਾਉਂਦਾ ਹੈ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰਕੇ ਰਾਹੁਲ ਗਾਂਧੀ ਨੇ ਇੱਕ ਵਾਰੀ ਫੇਰ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਲਿਆਂਦਾ ਹੈ ਮਨ ਵਿਚਲੇ ਵਿਚਾਰ ਹਮੇਸ਼ਾ ਕਿਸੇ ਨਾ ਕਿਸੇ ਸਾਦਰ ਨਾਹੀ ਕਹਿੰਦੇ ਬਾਹਰ ਆ ਹੀ ਜਾਂਦੇ ਨੇ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਨਾ ਜਦੋਂ ਤੱਕ ਭਾਜਪਾ ਹੈ ਕੋਈ ਵੀ ਰਾਖਵੇਂ ਕਰਨ ਨੂੰ ਛੋਹ ਨਹੀਂ ਸਕਦਾ ਕੋਈ ਵੀ ਦੇਸ਼ ਦੀ ਏਕਤਾ ਨਾਲ ਖਿਲਵਾੜ ਨਹੀਂ ਕਰ ਸਕਦਾ ਉਧਰ ਪਿਊਸ਼ ਗੋਇਲ ਨੇ ਕਿਹਾ ਕਿ ਰਾਹੁਲ ਜਦੋਂ ਵੀ ਵਿਦੇਸ਼ ਜਾਂਦੇ ਨੇ ਭਾਰਤ ਵਿਰੋਧੀ ਤਾਕਤਾਂ ਦੇ ਨਾਲ ਖੜੇ ਹੋ ਜਾਂਦੇ ਨੇ ਭਾਰਤ ਦੇ ਲੋਕ ਉਹਨਾਂ ਨਾਲ ਕਾਫੀ ਨਾਰਾਜ਼ ਨੇ ਜਦੋਂ ਆਉਣਗੇ ਤਾਂ ਉਹਨਾਂ ਨੂੰ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਊਗਾ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਸਿੱਖਾਂ ਦੀ ਦਸਤਾਰ ਅਤੇ ਕੜੇ ਨੂੰ ਲੈ ਕੇ ਵੀ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਸੀ ਅਤੇ ਰਾਹੁਲ ਦੇ ਇਸ ਬਿਆਨ ਦੀ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਮਾਇਤ ਕੀਤੀ ਹੈ ਜੋ ਆਪਣੀ ਜਥੇਬੰਦੀ ਸਮੇਤ ਭਾਰਤ ਦੇ ਵਿੱਚ ਬੈਨ ਹਨ ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਾਫੀ ਬੋਲਡ ਸਟੇਟਮੈਂਟ ਦਿੱਤੀ ਹੈ ਉਹਨਾਂ ਦਾ ਇਹ ਬਿਆਨ ਫੋਰ ਜਸਟਿਸ ਦੀ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਜਾਇਸਟ ਹਰਾਉਂਦਾ ਹੈ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਸਿੱਖਾਂ ਦੀ ਹਾਲਤ ਬਾਰੇ ਦਿੱਤਾ ਗਿਆ ਬਿਆਨ ਨਾ ਸਿਰਫ ਦਲੇਰੀ ਭਰਿਆ ਸਗੋਂ ਭਾਰਤ ਵਿੱਚ 1947 ਤੋਂ ਸਿੱਖਾਂ ਤੇ ਹੋ ਰਹੀ ਅਤਿਆਚਾਰ ਨੂੰ ਵੀ ਦਰਸਾਉਂਦਾ ਹੈ ਇਹ ਪੰਜਾਬ ਦੀ ਆਜ਼ਾਦੀ ਬਾਰੇ 6 ਫੋਰ ਜਸਟਿਸ ਦੇ ਸਟੈਂਡ ਦੀ ਵੀ ਪੁਸ਼ਟੀ ਕਰਦਾ ਹੈ ਤੇ ਪੰਨੂ ਦੇ ਇਸ ਸਟੈਂਡ ਨੂੰ ਲੈ ਕੇ ਕੇਂਦਰੀ ਰਾਜਪ트ਰੀ ਰਮਨਿਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਘੇਰ ਲਿਆ ਹੈ ਬਿੱਟੂ ਨੇ ਕਿਹਾ ਹੈ ਕਿ ਖਾਲਿਸਤਾਨੀ ਹਮਦਰਦੀ ਰੱਖਣ ਵਾਲੇ ਪੰਨੂ ਦੇ ਵੱਲੋਂ ਰਾਹੁਲ ਗਾਂਧੀ ਦਾ ਖੁੱਲਾ ਸਮਰਥਨ ਬੜੀ ਚਿੰਤਾ ਵਿੱਚ ਪਾਉਣ ਵਾਲਾ ਹੈ ਇਹ ਉਹਨਾਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਭਾਰਤ ਦੀ ਨੁਮਾਇੰਦਗੀ ਕਰਨ ਦਾ ਦਾਵਾ ਕਰਨ ਵਾਲਾ ਲੀਡਰ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਆਖਿਰ ਕਿਵੇਂ ਜੁੜ ਸਕਦਾ ਹੈ ਇਹ ਹਮਾਇਤ ਸਿਰਫ ਪਰੇਸ਼ਾਨ ਕਰਨ ਵਾਲੀ ਕਰਨ ਵਾਲੀ ਹੀ ਨਹੀਂ ਬਲਕਿ ਇਹ ਇੱਕ ਖਤਰਨਾਕ ਕਹਾਣੀ ਦਾ ਪਰਦਾ ਫਾਸ਼ ਵੀ ਕਰਦੀ ਹੈ ਜੋ ਕੌਮੀ ਏਕਤਾ ਲਈ ਖਤਰਾ ਹੈ ਅਜਿਹੇ ਸਮੇਂ ਜਦੋਂ ਭਾਰਤ ਨੂੰ ਮਜ਼ਬੂਤ ਇੱਕ ਜੋਟਾ ਲੀਡਰਸ਼ਿਪ ਦੀ ਲੋੜ ਹੈ ਰਾਹੁਲ ਗਾਂਧੀ ਦਾ ਅਜਿਹੇ ਅੰਸਰਾਂ ਨਾਲ ਜੁੜਨਾ ਬਹੁਤ ਕੁਝ ਦੱਸਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਉਹਨਾਂ ਦੇ ਇਰਾਦਿਆਂ ਤੇ ਸਵਾਲ ਚੁੱਕੇ ਜਾਣ ਤੇ ਉਹਨਾਂ ਆਗੂਆਂ ਤੋਂ ਜਵਾਬਦੇਹੀ ਮੰਗੀ ਜਾਵੇ ਜੋ ਭਾਰਤ ਦੀ ਅਖੰਡਤਾ ਲਈ ਖੜੇ ਹੋਣੇ ਚਾਹੀਦੇ ਨੇ ਨਾ ਕਿ ਵਿਰੋਧੀਆਂ ਨਾਲ ਹੱਥ ਮਿਲਾਉਣ ਵਾਲੇ ਪੰਨੂ ਨੇ ਭਾਵੇਂ ਰਾਹੁਲ ਦੇ ਬਿਆਨ ਦੀ ਹਮਾਇਤ ਕੀਤੀ ਹੈ ਪਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਦੇ ਇਸ ਬਿਆਨ ਨੂੰ ਬੇहद ਤਾਥੇਣ ਤੇ ਸ਼ਰਮਨਾਕ ਦੱਸਿਆ ਹੈ। ਉਹਨੇ ਕਿਹਾ ਕਿ ਰਾਹੁਲ ਦੇ ਵੱਲੋਂ ਇਹ ਕਹਿਣਾ ਕਿ ਸਿੱਖ ਪਾਈ ਚਾਰੇ ਨੂੰ ਗੁਰਦੁਆਰੇ ਦੇ ਵਿੱਚ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਹੈ ਬਿਲਕੁਲ ਬੇਬੁਨਿਆਦ ਤੇ ਸੱਚ ਤੋਂ ਪਰੇ ਦਾ ਬਿਆਨ ਹੈ। ਦੇਸ਼ ਦੀ ਰੱਖਿਆ ਲਈ ਸਿੱਖ ਪਾਈ ਚਾਰੇ ਦੀ ਜੋ ਕੁਰਬਾਨੀ ਰਹੀ ਹੈ ਉਸ ਨੂੰ ਪੂਰਾ ਦੇਸ਼ ਮੰਨਦਾ ਹੈ। ਉਦੋਂ ਰਾਹੁਲ ਗਾਂਧੀ ਨੇ ਲੰਗੇ ਦਿਨ ਅਮਰੀਕਾ ਦੇ ਵਿੱਚ ਜਿਸ ਪੱਤਰਕਾਰ ਭਲਿੰਦਰ ਸਿੰਘ ਵਿਰਮਾਨੀ ਦਾ ਨਾਮ ਲੈ ਕੇ ਦਸਤਾਰ ਤੇ ਕੜੇ ਦੇ ਮਸਲੇ ਨੂੰ ਚੁੱਕਿਆ ਸੀ ਉਸ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਨਾਲ ਅਸਹਿਮਤੀ ਜਤਾਈ ਹੈ ਤੇ ਉਸੇ ਇਮਾਰਤ ਦੇ ਬਾਹਰ ਖੜ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਜਿੱਥੇ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਹਾਲਾਂਕਿ ਜਦੋਂ ਰਾਹੁਲ ਗਾਂਧੀ ਨੇ ਇਹ ਸਟੇਟਮੈਂਟ ਦਿੱਤੀ ਸੀ ਤਾਂ ਉਹਨਾਂ ਨੇ ਕੱਲੇ ਸਿੱਖਾਂ ਦੀ ਨਹੀਂ ਬਲਕਿ ਭਾਰਤ ਵਿੱਚ ਰਹਿੰਦੇ ਹੋਰ ਧਰਮਾਂ ਦੇ ਲੋਕਾਂ ਦੀ ਵੀ ਅਜਿਹੀ ਹਾਲਤ ਹੀ ਕਹੀ ਸੀ ਕਿ ਕੱਲੇ ਸਿੱਖਾਂ ਦਾ ਨਹੀਂ ਹੋਰ ਧਰਮਾਂ ਦੇ ਲੋਕਾਂ ਨਾਲ ਵੀ ਅਜਿਹਾ ਹੁੰਦਾ ਹੈ ਤੇ ਜਦੋਂ ਸਟੇਟਮੈਂਟ ਦਿੱਤੀ ਉੱਥੇ ਮੌਜੂਦ ਸਿੱਖ ਭਾਈਚਾਰੇ ਨੇ ਕੋਈ ਇਤਰਾਜ਼ ਨਹੀਂ ਜਤਾਇਆ ਸੀ ਤੇ ਵੱਡੀ ਗਿਣਤੀ ਸਿੱਖ ਭਾਈਚਾਰੇ ਦੇ ਲੀਡਰ ਇਸ ਬਿਆਨ ਦੀ ਹਮਾਇਤ ਕਰਦੇ ਨੇ ਉਹਨਾਂ ਨੂੰ ਇਸ ਬਿਆਨ ਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ ਜਦਕਿ ਦਿੱਲੀ ਦੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਲੀਡਰ ਹਨ ਜਾਂ ਫਿਰ ਭਾਜਪਾ ਦੇ ਸਿੱਖ ਲੀਡਰ ਹਨ ਉਹਨਾਂ ਨੇ ਇਸ ਬਿਆਨ ਦੀ ਸਖਤ ਨਿਖੇਧ ਕੀਤੀ ਹੈ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੇ ਆਖਰੀ ਦਿਨ ਵੀ ਇੱਕ ਹੋਰ ਵੱਡਾ ਬਿਆਨ ਦਿੱਤਾ ਚੀਨ ਨੂੰ ਲੈ ਕੇ ਰਾਹੁਲ ਨੇ ਪੀਐਮ ਮੋਦੀ ਤੇ ਤਿੱਖਾ ਨਿਸ਼ਾਨਾ ਸੇਧਿਆ ਕਿਹਾ ਕਿ ਚੀਨ ਨੇ ਲਦਾਖ ਦੇ ਵਿੱਚ ਦਿੱਲੀ ਜਿੰਨੀ ਥਾਂ ਤੇ ਕਬਜ਼ਾ ਕਰ ਰੱਖਿਆ ਹਾਲਾਂਕਿ ਅਜਿਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਵੀ ਹੁਣ ਚੀਨ ਨੂੰ ਸਾਹਮਣੇ ਦੇ ਸਮਰੱਥ ਨਹੀਂ ਹਨ ਮੰਗਲਵਾਰ ਦੇਰ ਰਾਤ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਰਾਹੁਲ ਗਾਂਧੀ ਨੇ ਪੀਐਮ ਮੋਦੀ ਭਾਜਪਾ ਰਿਜ਼ਰਵੇਸ਼ਨ ਜਾਤੀ ਜਨਗਣਨਾ ਬੰਗਲਾਦੇਸ਼ ਦੀ ਸਥਿਤੀ ਦੇ ਨਾਲ-ਨਾਲ ਭਾਰਤ ਚੀਨ ਤੇ ਭਾਰਤ ਅਮਰੀਕਾ ਕੀਤੀ ਉਹਨਾਂ ਸਪਸ਼ਟ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਫ੍ਰੀਜ਼ ਕਰਕੇ ਬੈਂਕ ਖਾਤਿਆਂ ਦੇ ਨਾਲ ਲੜੀਆਂ ਨੇ ਮੈਨੂੰ ਅਜੇ ਹੇ ਕਿਸੇ ਵੀ ਲੋਕਤੰਤਰ ਬਾਰੇ ਨਹੀਂ ਪਤਾ ਜਿੱਥੇ ਇਹ ਹੁੰਦਾ ਹੈ ਪਿਛਲੇ 10 ਸਾਲਾਂ ਤੋਂ ਭਾਰਤੀ ਲੋਕਤੰਤਰ ਤੇ ਹਮਲੇ ਹੋਏ ਹਨ ਹੋਏ ਹਨ ਤੇ ਭਾਰਤ ਦੇ ਵਿੱਚ ਲੋਕਤੰਤਰ ਬਹੁਤ ਕਮਜ਼ੋਰ ਹੋ ਗਿਆ ਹੈ ਇਹ ਬਿਆਨ ਵੀ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਦਿੱਤਾ ਸ਼੍ਰੋਮਣੀ ਕਾਲੇਦਾਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕਾਰਵਾਈ ਨੂੰ ਖੇਡ ਹੀ ਬਣਾ ਰੱਖਿਆ ਉਹਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬੇਮਤਲਬਨੀ ਸ਼ਿਕਾਇਤਾਂ ਕਰਨ ਵਾਲੇ ਲੋਕਾਂ ਨੂੰ ਤਲਬ ਕਰਕੇ ਸਜ਼ਾਵਾਂ ਲਾਈਆਂ ਜਾਣ ਪੁੰਦੜ ਨੇ ਆਪ ਪਣੇ ਖਿਲਾਫ ਅਕਾਲ ਤਖਤ ਸਾਹਿਬ ਤੇ ਪਹੁੰਚੀ ਮਾਨਸਾ ਦੇ ਸਾਬਕਾ ਆਕਾਲੀ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਨੂੰ ਵੀ ਝੂਠਾ ਦੱਸਿਆ ਤੇ ਕਿਹਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਨਾਮ ਸ਼ਾਮਿਲ ਕੀਤਾ ਹੈ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਜਿਹਾ ਲੋਕਾਂ ਨੂੰ ਤਲਬ ਕਰਕੇ ਸਜ਼ਾਵਾਂ ਲਾਉਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਨੇ ਸ਼ਿਕਾਇਤ ਦੀ ਕਾਰਵਾਈ ਨੂੰ ਖੇਡ ਬਣਾ ਰੱਖਿਆ ਦਰਅਸਲ 2 ਦਿਨ ਪਹਿਲਾਂ ਆਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਖਿਲਾਫ ਵੀ ਅਕਾਲ ਤਖਤ ਸਾਹਿਬ ਨੂੰ ਸੁਖਵਿੰਦਰ ਸਿੰਘ ਔਲਖ ਤੇ ਹੋਰ ਲੀਡਰਾਂ ਸ਼ਿਕਾਇਤ ਦਿੱਤੀ ਸੀ ਕਿ 2014 ਦੇ ਵਿੱਚ ਉਹਨਾਂ ਨੇ ਡੇਰਾ ਸਿਰਸਾ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ ਆਪਣੇ ਘਰ ਦੇ ਵਿੱਚ ਮੀਟਿੰਗ ਕੀਤੀ ਸੀ ਜਦਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਉਸ ਵਕਤ ਸਰਸੇ ਵਾਲੇ ਸਾਧ ਦੇ ਨਾਲ ਕੋਈ ਵੀ ਤਾਲਮੇਲ ਰੱਖਣ ਤੇ ਪੂਰਨ ਪਾਬੰਦੀ ਲਾਈ ਹੋਈ ਸੀ ਤੇ ਬਲਵਿੰਦਰ ਸਿੰਘ ਭੁੰਦਰ ਦੇ ਇਸ ਬਿਆਨ ਤੇ ਜਦੋਂ ਅਸੀਂ ਮੁੜ ਸੁਖਵਿੰਦਰ ਸਿੰਘ ਆਲਖ ਹੋਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਭੁੰਦਰ ਦੇ ਬਿਆਨ ਤੇ ਸਵਾਲ ਖੜੇ ਕਰਦੇ ਆ ਕਿਹਾ ਕਿ ਜੇ ਭੁੰਦਰ ਸੱਚੇ ਹਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਕਹਿਣ ਕਿ ਉਹਨਾਂ ਦੇ ਘਰੇ ਡੇਰਾ ਪ੍ਰੇਮੀਆ ਨਾਲ ਮੀਟਿੰਗ ਨਹੀਂ ਹੋਈ ਜੇ ਭੁੰਦਰ ਜਿਹਾ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਕਹਿ ਦੇਣਗੇ ਤਾਂ ਮੈਂ ਤਨਖਾਹ ਲਵਾਉਣ ਦੇ ਲਈ ਤਿਆਰ ਹਾਂ ਉਧਰ ਪੰਜ ਸਿੰਘ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਾਲੇ ਕੈਬਨਟ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਵੀ ਆਪਣਾ ਸਪਸ਼ਟ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤਾ ਹੈ ਅਦੇਸ਼ ਪ੍ਰਤਾਪ ਸਿੰਘ ਕੈਰਨ ਨੂੰ ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਕਾਲੀ ਦਲ ਚੋਂ ਪਾਰਟੀ ਵਿਰੋਧੀ ਕਾਰਵਾਈ ਦੇ ਚੱਲਦੇ ਆ ਬਾਹਰ ਕੱਢ ਦਿੱਤਾ ਗਿਆ ਸੀ ਤਤਕਾਲੀ ਕੈਬਨਟ ਮੰਤਰੀ ਹੋਣ ਦੇ ਨਾਲ ਨਾਲ ਉਹ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ ਵਿੱਚ ਜੀਜਾ ਜੀ ਲੱਗਦੇ ਹਨ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਉਹ ਜਵਾਈ ਹਨ ਇਸ ਦੇ ਬਾਵਜੂਦ ਵੀ ਸੁਖਬੀਰ ਬਾਦਲ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ ਹੁਣ ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਰਹੇ 14 ਸਾਬਕਾ ਕੈਬਨਟ ਮੰਤਰੀ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਨੂੰ ਸੌਂਪ ਚੁੱਕੇ ਨੇ ਸ਼੍ਰੋਮ ਮਣੀ ਕਾਲੇਦਲ ਦੇ ਸੀਨੀਅਰ ਲੀਡਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮਿਲਣ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਉਹਨਾਂ ਨੇ ਸਿੱਖਾਂ ਸਿੰਘ ਸਾਹਿਬ ਦੇ ਨਾਲ ਪੰਥਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਦਿੱਲੀ ਦੇ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਕੀਤੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਿਸ਼ਨੂੰ ਦਾ ਅਵਤਾਰ ਦੱਸਣ ਤੇ ਐ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਬੀਸੀ ਪ੍ਰਧਾਨ ਨੇ ਇਤਰਾਜ਼ ਜਤਾਉਂਦੇ ਆ ਅਸ਼ੇਕਾਲਤਾਖ ਸਾਬਦੇ ਜਥੇਦਾਰ ਤੋਂ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਧਾਮੀ ਨੇ ਕਿਹਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਆਰਐਸਐਸ ਅਤੇ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਖੁਸ਼ ਕਰਨ ਦੇ ਲਈ ਅਜਿਹੇ ਬਿਆਨ ਦੇ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਕੇਵਲ ਇੱਕ ਅਕਾਲ ਪੁਰਖ ਨਾਲ ਜੁੜੀ ਹੋਈ ਹੈ ਤੇ ਅਵਤਾਰਵਾਦ ਦੀ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਹੁਣ ਲਾਲਪੁਰਾ ਕਹਿ ਰਹੇ ਨੇ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਜਦਕਿ ਸਾਫ਼ ਤੇ ਸਪਸ਼ਟ ਸੁਣਿਆ ਜਾ ਸਕਦਾ ਹੈ ਕਿ ਲਾਲਪੁਰਾ ਨੇ ਗੁਰੂ ਨਾਨਕ ਦੇਵ ਸਾਹਿਬਾਰੇ ਬਹੁਤ ਹੀ ਵਿਵਾਦਿਤ ਬਿਆਨ ਦਿੱਤਾ ਲਾਲਪੁਰਾ ਦੇ ਵੱਲੋਂ ਦਿੱਤੇ ਬਿਨਾ ਸਿਰ ਪੈਰ ਦੇ ਬਿਆਨ ਦਾ ਸਿਕਸ ਸਕਾਲਰ ਕੁਲਦੀਪ ਸਿੰਘ ਗੜਗਾਜ ਨੇ ਵੀ ਜਵਾਬ ਦਿੱਤਾ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਕਿਸ ਦੇ ਪੈਰੋਕਾਰ ਸਨ ਕਿਸ ਦੇ અવਤਾਰ ਸਨ ਗੁਰਬਾਣੀ ਦੇ ਆਧਾਰ ਦੇ ਉੱਤੇ ਕਹਿ ਰਿਹਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਵਿਸ਼ਨੂੰ ਦੇ અવਤਾਰ ਨੇ ਉਹਨਾਂ ਨੇ ਭਟਾਂ ਦੇ ਸੁਵਈਆਂ ਨੂੰ ਕੋਟ ਕੀਤਾ ਹੁਣ ਜਦੋਂ ਆਪਾਂ ਇਸ ਪਾਸੇ ਆਈਏ ਭਟਾਂ ਦੇ ਸੁਵਈਆਂ ਵਾਲੇ ਪਾਸੇ ਆਈਏ ਜੋ ਜਿਹੜੇ ਇਹ ਸਰਦਾਰ ਸਾਹਿਬ ਨੇ ਇਹ ਸ਼ਾਇਦ ਭੁੱਲ ਕਰ ਗਏ ਕਿ ਭਟਾਂ ਦੇ ਸਵੈਆਂ ਦੇ ਵਿੱਚ ਭਟਾਂ ਦੀ ਇੱਕ ਸੁਰ ਭਾਰੂ ਹੈ ਉਹ ਸੁਰ ਹੈ ਜੋ ਜਬਜੀ ਸਾਹਿਬ ਦੀ ਪੰਜਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੁਰੂ ਹੀ ਸਾਡੇ ਲਈ ਬ੍ਰਹਮਾ ਹੈ ਗੁਰੂ ਹੀ ਸਾਡੇ ਲਈ ਪਾਰਵਤੀ ਹੈ ਮਤਲਬ ਅਸੀਂ ਕਿਸੇ ਨੂੰ ਨਹੀਂ ਮੰਨਦੇ ਅਸੀਂ ਗੁਰੂ ਨੂੰ ਹੀ ਸਭ ਕੁਝ ਮੰਨਦੇ ਹਾਂ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਪ੍ਰਾਈਮ ਟਾਈਮ ਦੇ ਨਾਲ ਧੰਨਵਾਦ